ਬੜਾ ਮਸਲਾ ਤੁਹਾਡਾ ਪਹਿਲਾਂ ਖਰਾਬ ਰਿਹਾ ਸੀ, ਥਾਣੇ ਥਾਣੀ ਪਹੁੰਚੇ ਸੀ, ਕਚਹਿਰੀਆਂ 'ਚ ਪਹੁੰਚੇ ਸੀ, ਅੱਜ ਮਿਲ ਗਏ ਜੀ, ਕੀ ਕਹਿਣਾ ਚਾਹੁੰਦੇ ਹੋ? ਕਹਿਣਾ ਕੀ ਆ, ਮਤਲਬ ਮੇਰੇ ਅਲਫਾਜ਼ ਹੀ ਨਹੀਂ ਹੈਗੇ ਤੇ ਖੁਸ਼ੀ ਹੋ ਰਹੀ ਹੈ। 3 ਸਾਲ ਪਹਿਲਾਂ ਤੇ 11 ਮਹੀਨੇ ਤੱਕ ਮਤਲਬ ਕਿ ਸਾਡਾ ਝਗੜਾ ਚੱਲਦਾ ਰਿਹਾ, 11 ਮਹੀਨੇ ਬਾਅਦ ਸੁਲਾ ਹੋਈ। ਪਤਾ ਹੀ ਆਲ ਵਰਲਡ ਨੇ ਵੇਖਿਆ ਜਿੰਨੀਆਂ ਕਠਿਨਾਈਆਂ ਦਾ ਸਾਹਮਣਾ ਕੀਤਾ ਹੈਗੀ, ਦਿੱਲੀ 'ਚ ਨਿਊਜ਼ ਲੱਗਦੀ। ਉਹ ਤਾਂ ਮੈਂ ਹੀ ਮੁੱਦਾ ਚੁੱਕਿਆ ਵੀ ਇੱਕ ਬਵਾਏ ਆ, ਠੀਕ ਹੈ, ਮੈਨੂੰ ਸਾਰਾ ਹੀ ਪਤਾ ਇਹ ਪੈਦਾਇਸ਼ੀ ਕਿੰਨੇ ਰਿਹਾ, ਇਹ ਕੋਈ ਸਾਡੇ ਕੋਲ ਸਾਰੇ ਸਬੂਤ ਹੈਗੇ ਆ, ਪੈਦਾਇਸ਼ੀ ਕਿੰਨੋ ਤਿੰਨ ਸਾਰੀ ਲੇਡੀ ਸਰਜਰੀ ਕਰਾਈ ਉਹ ਮੇਰੇ ਕਰਕੇ। ਉਹ ਕਹਿੰਦੇ ਆ ਵੀ ਜੋ ਵੀ ਸਾਡਾ ਗਲਤ ਫੈਮਿਲੀ ਹੋਈ ਆ ਇਹ ਸਾਡੇ ਪਰਿਵਾਰ ਦੇ ਵਿੱਚੋਂ ਹੀ, ਤੇ ਉਹ ਹੁਣ ਮੈਨੂੰ ਧਮਕੀਆਂ ਦੇ ਰਹੀ ਆ, ਇਹਨੂੰ ਵੀ ਦੇ ਰਹੀ ਆ, ਰਿਕਾਰਡਿੰਗ ਤੱਕ ਹੈਗੀ ਆ। ਕਿਉਂ ਵਾਸਤੇ ਜੀ, ਮੈਂ ਬੜੇ ਰਾਜਪਾਠ ਤੇ ਆ ਗਈ, ਮਤਲਬ ਸਭ ਕੋਈ ਪ੍ਰੋਪਰਟੀ ਹੀ ਗੱਡੀਆਂ ਹੀ ਕਿੰਨਰਾਂ ਦੇ ਵਿੱਚ, ਤੇ ਇਹਦੇ ਕਰਕੇ ਮੈਂ ਸਭ ਕੁਝ ਗਿਆ, ਤੇ ਇਹਨੇ ਮੇਰੇ ਤੇ ਇਲਜ਼ਾਮ ਲਾਤਾ ਵੀ ਇਹ ਕਿੰਨਰ ਹੈ ਹੀ ਨਹੀਂ, ਮੁੰਡਾ ਹੀ। ਫਿਰ ਮੈਂ ਕੋਈ ਨਹੀਂ ਹੁੰਦਾ, ਮੈਂ ਮੁੰਡਾ ਬਣ ਕੇ ਦੱਸਾਂਗੀ। ਅੱਛਾ, ਜੈਂਡਰ ਚੇਂਜ ਕਰਾਇਆ? ਜੈਂਡਰ ਚੇਂਜ ਕਰਾਇਆ ਦੇ ਕਰਕੇ, ਕਿੰਨਰ ਤੋਂ ਫੀਮੇਲ ਬਣੀ ਮੈਂ ਇਹਦੇ ਕਰਕੇ। ਇਹ ਤੇ ਪ੍ਰਮਾਤਮਾ ਦੀ ਦੇਣ ਆ, ਜੋ ਕਰਮਾਂ 'ਚ ਉਹ ਹੀ ਮਿਲਣਾ, ਠੀਕ ਆ। ਹਾਂਜੀ, ਇਹ ਰੱਬ ਦੀ ਦੇਣ ਆ। ਕਹਿਣਾ ਕੀ ਆ, ਮਤਲਬ ਮੇਰੇ ਅਲਫਾਜ਼ ਹੀ ਨਹੀਂ ਹੈਗੇ ਤੇ ਖੁਸ਼ੀ ਹੋ ਰਹੀ ਹੈ। ਐਕਸਾਈਟਡ ਆ। ਅੱਛਾ, ਕਿੰਨਾ ਕੁ ਸਮਾਂ ਲੱਗਾ, ਕਿੰਨੇ ਸਮਾਂ ਪਹਿਲੇ ਵਿਆਹ ਹੋਇਆ ਸੀ, ਕਿਸ ਤਰੀਕੇ ਨਾਲ, ਥੋੜੀ ਵਿਸਥਾਰ ਤੇ ਵੀ ਦੱਸੋ। ਮਤਲਬ 3 ਸਾਲ ਪਹਿਲਾਂ ਹੋਇਆ ਸੀ, 3 ਸਾਲ ਪਹਿਲਾਂ ਤੇ 11 ਮਹੀਨੇ ਤੱਕ ਮਤਲਬ ਕਿ ਸਾਡਾ ਝਗੜਾ ਚੱਲਦਾ ਰਿਹਾ, 11 ਮਹੀਨੇ ਬਾਅਦ ਸੁਲਾ ਹੋਈ। 11 ਮਹੀਨੇ ਕਿੰਨੀ ਕੁ ਕਠਿਨਾਈਆਂ ਦਾ ਸਾਹਮਣਾ ਕਰਨਾ? ਪਤਾ ਹੀ ਆਲ ਵਰਲਡ ਨੇ ਵੇਖਿਆ ਜਿੰਨੀਆਂ ਕਠਿਨਾਈਆਂ ਦਾ ਸਾਹਮਣਾ ਕੀਤਾ ਹੈ, ਦਿੱਲੀ 'ਚ ਨਿਊਜ਼ ਲੱਗਦੀ ਸੀ। ਅੱਛਾ, ਅੜਚਨ ਕਿੱਥੇ ਸੀ, ਕਿਉਂ, ਕਿਹੜਾ ਬੰਦਾ ਸੀ ਜਿਹੜਾ ਖਰਾਬ ਕਰਦਾ ਉਸ ਤੋਂ? ਉਹ ਇਹਨਾਂ ਦੀ ਫੈਮਿਲੀ 'ਚੋਂ ਹੀ, ਇਹਨਾਂ ਦੀ ਭੂਆ ਦੀ ਬੇਟੀ ਜੋ ਕਿ ਡਰਿੰਕ ਵਗੈਰਾ ਕਰਦੇ ਸੀ, ਤੇ ਮੈਨੂੰ ਤੇ ਪਤਾ ਨਹੀਂ ਇਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ, ਮੈਨੂੰ ਇਹਨਾਂ ਤੇ ਗੁੱਸਾ ਸੀ, ਅਰਜੁਨ ਦੇ ਮੀਨੂ ਮੀਨੂ ਦਾ ਮੀਨੂ ਪੁੱਠਣਾ ਪੁੱਚਾ, ਤੇ ਉਹ ਡਰਿੰਕ ਵਗੈਰਾ ਕਰਦੀ ਆ, ਤੇ ਹੋਰ ਵੀ ਕਈ ਉਹਨੂੰ ਸਪੋਰਟ ਕਰਦੇ ਗਲਤ ਕੰਮਾਂ 'ਚ। ਹੁਣ ਅਰਜੁਨ ਜੀ ਨੇ ਜੇ ਮੈਨੂੰ ਐਕਸੈਪਟ ਕਰ ਲਿਆ ਹੈ ਨਾ, ਤੇ ਹੁਣ ਉਹ ਮਤਲਬ ਤੇ ਹਮਲਾ ਵੀ ਕੀਤਾ ਹੱਥੀ ਪਏ ਇਹਦੇ ਡਰਿੰਕ ਕਰਕੇ, ਲੋਹੜੀ ਵਾਲੇ ਦਿਨ ਕਰੇ ਮਤਲਬ ਛੋਟਾ ਜਿਹਾ ਫੰਕਸ਼ਨ ਰੱਖਿਆ ਹੋਇਆ। ਉਹ ਚਾਹੁੰਦੇ ਨਹੀਂ ਹਜੇ ਵੀ ਤੁਸੀਂ? ਉਹ ਹਲੇ ਵੀ ਨਹੀਂ ਚਾਹੁੰਦੇ, ਕਹਿੰਦੇ ਮਤਲਬ ਵਸਣ ਨਹੀਂ ਦੇਣਾ। ਅੱਛਾ, ਰੀਆ ਜੱਟੀ ਕਹੀਏ ਜਾਂ ਫਿਰ ਕੋਈ ਇੱਕ ਹੋਰ ਨਾਮ ਹੀ ਹੈਗਾ ਤੁਹਾਡਾ, ਉਹ ਕਹੀਏ ਕੀ ਕਹਿ ਕੇ ਬੁਲਾਈਏ? ਨਹੀਂ, ਫਿਲਹਾਲ ਤੇ ਰੀਆ ਜੱਟੀ ਹੋਣੀ। ਵੈਸੇ ਵੈਸੇ ਨਾਮ ਕਿਹੜਾ ਸੀ ਤੁਹਾਡਾ ਪਹਿਲਾਂ, ਕੀ ਨਾਮ ਸੀ? ਨਹੀਂ ਨਹੀਂ, ਰੀਆ ਜੱਟੀ ਹੀ ਨਾਂ ਇਹਨਾਂ ਦਾ। ਉਹ ਤੇ ਮੈਂ ਇੱਕ ਮੁੱਦਾ ਚੁੱਕਿਆ ਸੀ ਨਾ ਵੀ ਇਹਦੀ ਇਨਸਲਟ ਹੋਵੇ, ਕਿਉਂਕਿ ਸਾਡੀ ਲੜਾਈ ਇੰਨੀ ਵੱਧ ਚੁੱਕੀ ਸੀ, ਉਹ ਵੀ ਇੱਕ ਦੋ ਜਾਣਿਆਂ ਕਰਕੇ ਸਾਡੀ ਫੈਮਿਲੀ ਦੇ ਵਿੱਚੋਂ, ਠੀਕ ਜੇ। ਉਹ ਤੇ ਮੈਂ ਹੀ ਮੁੱਦਾ ਚੁੱਕਿਆ ਵੀ ਇੱਕ ਬਵਾਏ ਆ, ਠੀਕ ਹੈ, ਮੈਨੂੰ ਸਾਰਾ ਹੀ ਪਤਾ ਇਹ ਪੈਦਾਇਸ਼ੀ ਕਿੰਨੇ ਰਿਹਾ, ਇਹ ਕੋਈ ਸਾਡੇ ਕੋਲ ਸਾਰੇ ਸਬੂਤ ਹੈਗੇ ਆ, ਪੈਦਾਇਸ਼ੀ ਕਿੰਨੋ ਤਿੰਨ ਸਾਰੀ ਲੇਡੀ ਸਰਜਰੀ ਕਰਾਈ ਉਹ ਮੇਰੇ ਕਰਕੇ, ਠੀਕ ਜੇ। ਹਾਂ, ਇਹ ਕਰਕੇ ਮੈਂ ਤੁਹਾਨੂੰ ਇਹੋ ਕਹਿਣ ਆ ਵੀ ਜੋ ਵੀ ਸਾਡਾ ਗਲਤ ਫੈਮਿਲੀ ਹੋਈ ਆ ਇਹ ਸਾਡੇ ਪਰਿਵਾਰ ਦੇ ਵਿੱਚੋਂ ਹੀ, ਤੇ ਉਹ ਹੁਣ ਮੈਨੂੰ ਧਮਕੀਆਂ ਦੇ ਰਹੀ ਆ, ਇਹਨੂੰ ਵੀ ਦੇ ਰਹੀ ਆ, ਰਿਕਾਰਡਿੰਗ ਤੱਕ ਹੈਗੀ ਆ। ਫਿਰ ਮਿਲਣ ਦੀ ਰੋਕਿਆ ਜਾਂਦਾ, ਰੋਕਿਆ ਜਾਂਦਾ ਬਹੁਤ। ਆ ਕੱਲ ਦੀ ਗੱਲ ਹੈ, ਲੋਹੜੀ ਵਾਲੇ ਦਿਨ ਦੀ ਇਹ ਗੱਲ ਹੋਈ ਆ, ਮੈਂ ਸ਼ੋਪ ਤੋਂ ਆਇਆ ਸੀ, ਆਣ ਕੇ ਮੈਂ ਆਪਣੇ ਕੱਪੜੇ ਚੇਂਜ ਕੀਤੇ, ਤੇ ਇਹ ਅੱਜ ਵੀ ਵੇਖੋ ਕਿਹੜੇ ਹਿਸਾਬ ਨਾਲ ਘਰ, ਮਤਲਬ ਕਿ ਬਲੈਕਮੇਲ ਕਰਕੇ ਘਰ ਆਈ ਆ, ਆਉਂਦਾ ਇਹਨਾਂ ਨੇ ਹੋਮ ਥੀਏਟਰ ਲਾਏ, ਹੋਮ ਥੀਏਟਰ ਵੀ ਆਪਣੇ ਲਾਏ ਸੀ, ਤੇ ਲਾ ਕੇ ਨੱਚ ਰਹੇ ਸੀ, ਤੇ ਮੈਂ ਚਲੋ ਮੂੰਗਫਲੀ ਵਗੈਰਾ ਲਿਆਂਦੀ, ਤੇ ਮੈਂ ਸਾਰੇ ਨੂੰ ਲਾਗੇ ਬੈਠੇ ਭੁੱਗਾ ਪਾ ਲਿਆ ਸੀ ਮੈਂ। ਤੁਹਾਡੇ ਪਰਿਵਾਰਿਕ ਮੈਂਬਰ? ਹਾਂਜੀ ਹਾਂਜੀ, ਮੇਰੀ ਭੂਆ ਦੀ ਕੁੜੀ ਮੀਨੂ, ਅੱਛਾ, ਜਿਹਨੂੰ ਪੁੱਚਾ ਕਹਿੰਦੇ ਆ, ਤੇ ਨਾਲ ਉਹਦਾ ਬੇਟਾ ਵੀ ਅੰਸ਼ੂ, ਸਾਰੇ ਬੈਠੇ। ਪਹਿਲਾਂ ਨੇ ਆਪਣੀ ਗੁੜੀਆਂ ਨੂੰ ਕੁੱਟਿਆ, ਡਰਿੰਕ ਕੀਤੀ ਉਹਨੇ, ਡਰਿੰਕ ਵੀ ਕਾਫੀ ਕੀਤੀ ਸੀ, ਥੋੜੀ ਵੀ ਨਹੀਂ ਕੀਤੀ ਹੈਗੀ, ਤੇ ਡਰਿੰਕ ਡਰੁੰਕ ਕੀਤੀ, ਤੇ ਬਾਅਦ ਵਿੱਚ ਉਹਨੇ ਆਪਣੀ ਕੁੜੀ ਨੂੰ ਕੁੱਟਿਆ, ਕੁੜੀ ਨੂੰ ਕੁੱਟ ਕੇ ਬਾਅਦ ਵਿੱਚ ਰੀਆ ਦੇ ਦੁਆਲੇ ਹੋ ਗਈ। ਰੀਆ ਨੂੰ ਗਲਤ ਮਤਲਬ ਬੋਲੀ, ਕਹਿੰਦੀ ਵੀ ਮੈਂ ਮਤਲਬ ਕਿ ਲਾ ਲਾ ਗੱਲਾਂ ਕੀਤੀਆਂ, ਮੇਰਾ ਧਿਆਨ ਇਹਦੇ ਵੱਲ ਸੀ, ਇਹ ਕਹਿੰਦੀ ਵੀ ਮੈਂ ਜਿਹਨੂੰ ਫੜ ਲਾਂ ਮੈਂ ਪਾੜ ਦਿੰਨੀ ਆ, ਚਲੋ ਮੈਂ ਇਹਨੂੰ ਫਿਰ ਵੀ ਨਹੀਂ ਕੁਝ ਕਿਹਾ। ਉਸ ਤੋਂ ਬਾਅਦ ਇਹਨੇ ਗੱਲ ਕੀਤੀ ਹੈਗੀ ਆ ਮੈਨੂੰ, ਕਹਿੰਦੀ ਕਹਿੰਦੀ ਅਰਜਨ ਦੀ ਆਕੜ ਹੀ ਬੜੀ ਹੋ ਗਈ ਆ, ਨਾ ਇਹ ਬੰਦਿਆਂ ਚੋਂ ਤੇ ਨਾ ਇਹ ਬਾਬਿਆਂ ਚੋਂ, ਇਹਨੇ ਮੈਨੂੰ ਇੰਨੀ ਜਦੋਂ ਗੱਲ ਕਹੀ ਨਾ ਫਿਰ ਮੈਂ ਇਹਦੇ ਦੁਆਲੇ ਚੜ ਗਿਆ। ਤੁਹਾਡੇ ਟੱਬਰ ਨੇ? ਹਾਂ, ਭੂਆ ਦੀ ਕੁੜੀ ਨੇ ਜਿਹੜੀ ਗੱਲਾਂ ਕਰ ਰਹੀ ਆ, ਅੱਜ ਮੈਂ ਇਹਨੂੰ ਪਾੜ ਦੇਣਾ, ਇਹਨੂੰ ਮੈਂ ਨੰਗਿਆ ਕਰਨਾ, ਬਹੁਤ ਗਲਤ ਮਤਲਬ ਲੈਂਗੁਏਜ ਯੂਜ਼ ਕਰ ਰਹੀ ਆ, ਤੇ ਉਹ ਮੈਂ ਥਾਣੇ ਦੇ ਵਿੱਚ ਇਹਨਾਂ ਨਜਿੱਠਾਂਗਾ, ਮੈਂ ਵੇਖਾਂਗਾ, ਠੀਕ ਆ। ਹੁਣ ਧਮਕੀਆਂ ਬਹੁਤ ਦੇਂਦੀ ਆ। ਰੀਆ ਜੱਟੀ ਨੇ ਕਿਹੜੇ ਕਿਹੜੇ ਕੁਰਬਾਨੀਆਂ ਦਿੱਤੀਆਂ ਸੀ ਪਿਆਰ ਪਾਉਣ ਵਾਸਤੇ? ਪਿਆਰ ਵਾਸਤੇ ਜੀ, ਮੈਂ ਬੜੇ ਰਾਜਪਾਠ ਤੇ ਆ ਗਈ, ਮਤਲਬ ਸਭ ਕੋਈ ਪ੍ਰੋਪਰਟੀ ਹੀ ਗੱਡੀਆਂ ਹੀ ਕਿੰਨਰਾਂ ਦੇ ਵਿੱਚ, ਤੇ ਇਹਦੇ ਕਰਕੇ ਮੈਂ ਸਭ ਕੁਝ ਗਿਆ, ਆਪਣਾ ਸਰੀਰ ਵੀ ਚੇਂਜ ਕਰਾ ਦਿੱਤਾ, ਸਭ ਕੁਝ ਨੇ ਕਰਵਾਇਆ ਮੇਰੇ ਨਾਲ, ਫੀਮੇਲ ਬਣੀ ਮੈਂ ਕਿੰਨਰ, ਉਹ ਵੀ ਇਹਨੂੰ, ਤੇ ਇਹਨੇ ਮੇਰੇ ਤੇ ਇਲਜ਼ਾਮ ਲਾਤਾ ਵੀ ਇਹ ਕਿੰਨਰ ਹੈ ਹੀ ਨਹੀਂ, ਮੁੰਡਾ ਹੀ। ਫਿਰ ਮੈਂ ਕੋਈ ਨਹੀਂ ਹੁੰਦਾ, ਮੈਂ ਮੁੰਡਾ ਬਣ ਕੇ ਦੱਸਾਂਗੀ।
ਅੱਛਾ ਜੈਂਡਰ ਚੇਂਜ ਕਰਾਇਆ ਦੇ ਕਰਕੇ ਕਿੰਨਰ ਤੋਂ ਫੀਮੇਲ ਬਣੀ ਮੈਂ ਇਹਦੇ ਕਰਕੇ ਅੱਜ ਖੁਸ਼ੀ ਹੋ ਰਹੀ ਕਿ ਭਾਵੇਂ ਕੋਈ ਜਮਾਨਾ ਨਹੀਂ ਨਾਲ ਪਰ ਤੁਸੀਂ ਦੋਨੇ ਨਾਲ ਖੁਸ਼ੀ ਹੋ ਰਹੀ ਮੇਰੇ ਕਰਕੇ ਬਹੁਤ ਇਹਨੂੰ ਵੀ ਕਠਿਨਾਈਆਂ ਸਹਿਣੀਆਂ ਪਾ ਰਹੀਆਂ ਮੇਰੇ ਕਰਕੇ ਇਹਦੇ ਨਾਲ ਬਹੁਤ ਹੱਥੋਂ ਪਾਈ ਹੋਈ ਬਗੈਰ ਤਾਂ ਮੇਰੇ ਕੋਲ ਵੀਡੀਓ ਪਏ ਪ੍ਰੂਫ ਪਏ ਬਹੁਤ ਫਿਲਹਾਲ ਤਾਂ ਸੀ ਬੇਟੀ ਅਡੋਪਟ ਕੀਤੀ ਹੋਈ ਅਨੰਨਿਆ ਤੇ ਉਹਦੇ ਸਿਰ ਤੇ ਜ਼ਿੰਦਗੀ ਕੱਟਾਂਗੇ ਉਹਦੀ ਜ਼ਿੰਦਗੀ ਵਧੀਆ ਬਚਾਵਾਂਗੇ ਉਹ ਵੀ ਨਿਊਜ਼ ਲਵਾਵਾਂਗੇ ਬੇਟੀ ਦੇ ਨਾਲ ਵੀ ਬਹੁਤ ਘੱਟ ਦੇਖਣ ਨੂੰ ਮਿਲਦਾ ਜ਼ਿਆਦਾਤਰ ਦੇਖਣ ਨੂੰ ਮਿਲਦਾ ਕਿ ਲੜਕਾ ਲੜਕੀ ਨੂੰ ਲੱਭਦਾ ਲੜਕੀ ਦਾ ਪਿਆਰ ਜਾਂ ਲੜਕੇ ਦਾ ਲੜਕੀ ਨੂੰ ਲੜਕੇ ਦਾ ਪਿਆਰ ਅੱਜ ਅਨੋਖਾ ਪਿਆਰ ਤੁਹਾਡਾ ਸਾਹਮਣੇ ਆਉਂਦਾ ਜਿੱਥੇ ਅਸੀਂ ਚਲੋ ਇਹ ਤਾਂ ਵੇਖੋ ਜੀ ਮੇਰੀ ਗੱਲ ਸੁਣੋ ਜਨਮ ਨਹੀਂ ਦੇ ਸਕਦੇ ਇਹ ਤੇ ਪਰਮਾਤਮਾ ਦੀ ਦੇਣ ਆ ਜੋ ਕਰਮਾਂ 'ਚ ਉਹ ਮਿਲਣਾ ਠੀਕ ਆ ਹਾਂਜੀ ਇਹ ਰੱਬ ਦੀ ਦੇਣ ਆ ਠੀਕ ਹੈ ਜੀ ਇਹ ਤਾਂ ਜੋ ਮੇਰੇ ਕਰਮਾਂ 'ਚ ਇਹੋ ਹੀ ਤੇ ਇਹੋ ਹੀ ਮਿਲਣੀ ਸੀ ਬਿਲਕੁਲ ਕੁੜੀ ਦੇ ਮੇਰੇ ਕਰਮਾਂ 'ਚ ਮਹਾਰਾਜ ਚਲੋ ਕਿਸੇ ਨੂੰ ਇਹ ਰੂਪ ਦਵੇ ਹੀ ਨਾ ਬਿਲਕੁਲ ਠੀਕ ਹੈ ਜੀ ਚਲੋ ਜੇ ਦਿੱਤਾ ਇਹਨੇ ਤਾਂ ਮਹਾਰਾਜ ਨੇ ਇਹਦੀ ਜੋੜੀ ਵੀ ਬਣਾਈ ਆ ਹਾਂਜੀ ਤੇ ਬਾਕੀ ਜੋ ਵੀ ਉਹ ਇਹਨਾਂ ਨੇ ਕੀਤਾ ਵਾ ਉਹ ਭੁਗਤਣਗੇ ਜੋ ਸਾਡੇ ਇਹਦੇ ਕੰਨ ਭਰੇ ਆ ਤੇ ਉਹਨਾਂ ਨੇ ਮੇਰੇ ਕੰਨ ਭਰੇ ਆ ਸਾਡੀ ਲੜਾਈ ਵਧਾ ਦਿੱਤੀ ਤੇ ਬਾਅਦ ਵਿੱਚ ਉੱਤੋਂ ਤੋਂ ਕਰਦੇ ਸੀ ਤੂੰ ਗਲਤ ਕੀਤਾ ਵਾ ਤੂੰ ਲੈ ਆ ਮੈਂ ਕਿਹਾ ਮੇਰਾ ਉਸ ਵਕਤ ਦਿਮਾਗ ਬਹੁਤ ਖਰਾਬ ਹੋਇਆ ਮੈਂ ਕਿਹਾ ਮੈਂ ਲਿਆਊਂਗਾ ਆਪਣੀ ਮਰਜ਼ੀ ਨਾਲ ਹੀ ਲਿਆਊਂਗਾ ਮੈਂ ਕਿਸੇ ਦੀ ਮਰਜ਼ੀ ਨਾਲ ਨਹੀਂ ਲਿਆਉਣਾ ਠੀਕ ਆ ਇਹਨਾਂ ਨੇ ਬੜਾ ਕੁਝ ਮੇਰੇ ਨਾਲ ਕੀਤਾ ਵਾ ਇਹ ਭੁਗਤਣਗੇ ਵੀ ਉਹ ਕਾਲ ਪੁਰਖ ਵਿੰਦਾ ਅੱਛਾ ਪਿਆਰ ਕਰਨ ਵਾਲੇ ਨੂੰ ਕੀ ਕਹਿਣਾ ਚਾਹੁੰਦੇ ਸਨੇਹਾ ਤੁਹਾਡੇ ਵੱਲੋਂ ਇੱਕ ਬੜਾ ਵਧੀਆ ਸਨੇਹਾ ਮਿਲ ਸਕਦਾ ਵਾ ਜਿਹੜੇ ਪਿਆਰ ਕਰਨ ਵਾਲੇ ਲੋਕ ਪਿਆਰ ਕਰਨ ਵਾਲੇ ਨੂੰ ਇਹੋ ਕਹਾਂਗਾ ਵੀ ਚਲੋ ਜੇ ਤੁਸੀਂ ਪਿਆਰ ਕੀਤਾ ਵਾ ਤੇ ਆਪਣਾ ਪਿਆਰ ਨਿਭਾਓ ਇਹ ਨਾ ਧੋਖਾ ਨਾ ਦਿਵੋ ਮੈਂ ਇਹਨੂੰ ਧੋਖਾ ਨਹੀਂ ਦਿੱਤਾ ਜੋ ਵੀ ਆ ਇਹ ਉਸ ਵਕਤ ਚਲੋ ਗੁੱਸਾ ਹੁੰਦਾ ਵਾ ਬੜਾ ਕੁਝ ਇਹਨੇ ਮੇਰੇ ਕਰਕੇ ਕੀਤਾ ਗੁੱਸਾ ਹੁੰਦਾ ਵੀ ਗੁੱਸਾ ਤੇ ਹੁੰਦਾ ਹੀ ਆ ਹੁਣ ਇਹਨੂੰ ਗੁੱਸਾ ਤੇ ਹੈ ਹੀ ਉਸ ਵਕਤ ਤੇ ਬਾਕੀ ਹੁਣ ਜੋ ਵੀ ਆ ਠੀਕ ਆ ਖੁਸ਼ੀ ਹੋਈ ਸਾਨੂੰ ਬਾਕੀ ਜਿਹੜਾ ਮੇਰਾ ਪਰਿਵਾਰ ਉੱਤੋਂ ਕਰਦਾ ਸੀ ਫੈਮਿਲੀ ਦੇ ਜਿਹੜੇ ਨਾਲ ਆਪਣੇ ਰਿਸ਼ਤੇਦਾਰ ਜਿਹੜੇ ਆ ਭੁੱਚਾਂ ਜਿਹੜੀ ਇਹਦੇ ਇੰਨੇ ਜ਼ਿਆਦਾ ਤੇ ਚੁੱਕੀ ਆ ਫੈਮਿਲੀ ਦੇ ਵਿੱਚ ਇਹ ਬਹੁਤ ਗੱਲ ਪਿਆਰ ਤੋਂ ਨਹੀਂ ਕੋਈ ਜਿੱਤ ਮੈਂ ਰਿਕਾਰਡਿੰਗ ਸੁਣਨਾ ਮੇਰੇ ਕੋਲ ਰਿਕਾਰਡਿੰਗ ਹੈ ਜੀ ਰਿਕਾਰਡਿੰਗ ਜਿਹੜਾ ਮਰਜ਼ੀ ਹੱਥ ਚੁੱਕ ਲੇ ਪਿਆਰ ਤੋਂ ਨਹੀਂ ਕੋਈ ਜਿੱਤ ਸਕਦਾ ਕੋਈ ਨਹੀਂ ਜਿੱਤ ਸਕਦਾ ਕਿੰਨਾਂ ਨੇ ਵੀ ਸਾਡੀ ਲਾਈਫ 'ਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਸਾਨੂੰ ਕੁਝ ਨਹੀਂ ਕਿਹਾ ਬਸ ਉਹ ਹੀ ਕੁੜੀ ਜ਼ਿਆਦਾ ਜੋ ਹੁਣ ਮੈਂ ਇਹਨੂੰ ਖੜਿਆ ਵਾ ਜੋ ਮੇਰੇ ਨਾਲ ਮੇਰੇ ਪਿੰਡ ਦੇ ਪੰਚਾਇਤ ਮੈਂਬਰ ਹੁੰਦੇ ਰਹੇ ਫਿਰ ਜਦੋਂ ਮੈਂ ਖੜਿਆ ਤੇ ਉਹਨਾਂ ਦੀ ਸਹਿਮਤੀ ਦੇ ਨਾਲ ਹੀ ਖੜਿਆ ਇਹਨਾਂ ਨੂੰ ਪੁੱਛ ਕੇ ਖੜਿਆ ਕਿਉਂਕਿ ਕੱਲ ਨੂੰ ਫਿਰ ਉਹਨਾਂ ਦੀ ਲੋੜ ਪੈ ਸਕਦੀ ਆ ਮੈਂ ਜਵਾਨਾ ਤੁਹਾਡੇ ਖਿਲਾਫ ਹੈ ਇਸ ਲਈ ਜਵਾਨਾ ਪੂਰਾ ਕਿ ਨਹੀਂ ਨਹੀਂ ਪਿੰਡ ਵਾਲੇ ਮੇਰੇ ਨਾਲ ਸਹਿਮਤ ਆ ਕਿਸੇ ਨੇ ਮੈਨੂੰ ਮਾੜੀ ਨਹੀਂ ਖਿਲਾਫ ਨਹੀਂ ਨਹੀਂ ਪਰਿਵਾਰ ਵੀ ਨਹੀਂ ਖਿਲਾਫ ਕੁਛ ਵੀ ਪਰਿਵਾਰ ਤੇ ਮੇਰਾ ਇਹਨੂੰ ਪਿਆਰ ਹੀ ਬੜਾ ਕਰਨ ਦਿਆ ਵਾ ਅੱਛਾ ਬਸ ਖਿਲਾਫ ਇਹ ਵਾ ਇਹ ਪੁੱਛਾਂ ਕੁਝ ਲੋਕ ਹਾਂਜੀ ਦੋ ਦੋ ਜਣੇ ਹੈਗੇ ਆ ਇੱਕ ਦਾ ਨਹੀਂ ਨਾਂ ਲੈ ਲਿਆ ਇੱਕ ਦਾ ਨਾਂ ਹੀ ਉਦੋਂ ਲਵਾਂਗੇ ਜੇ ਉਹ ਸਾਡੇ ਨਾਲ ਗੱਲ ਕਰੇਗੀ ਤੇ